ਸਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀ ਜੀ ਅੱਜ ਜਿੱਥੇ ਆਪਾਂ ਪਹੁੰਚੋ ਹੋਏ ਨਾ ਉਹ ਪਿੰਡ ਦਾ ਹੈਗਾ ਬਾਈ ਦਾ ਕੋਟੂ ਫੰਗੀਆਂ, ਜ਼ਿਲ੍ਹਾ ਫਾਜ਼ਿਲਕਾ ਪੈਂਦਾ ਅਤੇ ਸ਼ਹਿਰ ਜਲਾਲਾਬਾਦ। ਜਲਾਲਾਬਾਦ ਤੋਂ ਸਿਰਫ 2-2.5 ਕਿਲੋਮੀਟਰ ਲਗਭਗ ਪਿੰਡ ਆ ਅਤੇ ਕੋਈ ਬਾਈ ਹੋਣੀ ਵਪਾਰ ਨਹੀਂ ਕਰਦੇ, ਪੂਰੀਆਂ ਮੱਝਾਂ ਅਤੇ ਸ਼ੌਕੀਨ ਹੈ ਬਾਈ ਹੋਣੀ। ਅਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਦਿੰਦਾ, ਜਿਹੜੇ ਬਾਈ ਨੇ ਖੱਲਿਆ ਜੀ ਉਹ ਸਰਪੰਚ ਸਾਹਿਬ ਦਾ ਸ਼ੇਰ ਸਿੰਘ ਜੀ, ਰਾਜੀਏ ਪਿੰਡ ਵਾਲੇ, ਮੇਰੇ ਜਿਗਰੀ ਯਾਰ ਸਮਝ ਲਓ, ਇਹ ਸਮਝ ਲਓ ਬੈਸਟ ਯਾਰ ਹੀ ਮੰਨੋ ਸਮਝ ਲਓ ਆਪਣੇ, ਉਹਦੇ ਉੱਪਰ ਕੁਛ ਵੀ ਹੈ ਨਹੀਂ। ਅਤੇ ਉਹਨਾਂ ਨੇ ਘੱਲਿਆ ਅਤੇ ਮੈਂ ਚਲੋ ਗੁਰੂ ਸਾਹਿਬ ਵੀਡੀਓ ਬਣਾਉਣ ਆਇਆ ਸੀ, ਉਹ ਬਾਈ ਉਹਨੇ ਕਹਿੰਦੇ ਕਿ ਉਹਨਾਂ ਨੇ ਵੀਡੀਓ ਬਣਾ ਕੇ ਆਓ। ਅਤੇ ਇਹਨਾਂ ਨੇ ਬੂਰੀਆਂ ਮੱਝਾਂ ਮਤਲਬ ਜਿਨ੍ਹਾਂ ਨੇ ਆਪਾਂ ਸਟਾਰਟਿੰਗ ਤੋਂ ਲਾਈਵ ਚਵਾਈ ਸ਼ੁਰੂ ਕੀਤੀ, ਜਦੋਂ ਆਪਦੇ ਪੇਜ 'ਤੇ ਕੀਤੀ, ਜਦੋਂ ਇੰਨਾ ਅਜੇ ਉਦੋਂ ਇੰਨਾ ਰੁਝਾਨ ਨਹੀਂ ਸੀ ਲਾਈਵ ਚਵਾਈਆਂ ਦਾ, ਉਧਰੋਂ ਬਾਈ ਉਹਨਾਂ ਨੇ ਆਪਦੀ ਚਵਾਈਆਂ ਕਰਾਈਆਂ, ਇੱਕ ਇੱਕ 22-22 ਕਿਲੋ ਅਤੇ ਲਗਭਗ ਦੁੱਧ ਚਵਾਈ ਕਰਾਈ ਬਾਈ ਉਹਨਾਂ ਨੇ। ਅਤੇ ਤੁਹਾਨੂੰ ਪਤਾ ਅਤੇ ਉਹ ਟਾਈਮ ਦੇ 17-18 ਦੀ ਗੱਲ ਹੈ ਜੀ, ਇਹ ਉਹ ਇੰਨਾ ਕੋਈ ਅਜੇ ਹੈ ਨਹੀਂ ਸੀ ਹਿਸਾਬ ਕਿਤਾਬ। ਅਤੇ ਬਾਕੀ ਬਾਈ ਜਾਣ ਕਰੇ ਬਾਈ ਉਹਨਾਂ ਕੋਲ ਪੁੱਛਦੇ ਹਾਂ, ਆ ਜਾਓ ਕਰਾ ਜਾਵਾਂਗੇ। ਜਿਹੜੀ ਮਰਜ਼ੀ ਕੰਪਨੀ ਲੈ ਜਾ ਸਕਦਾ ਜੀ, ਮੋਰਾ ਨੀਲੀ ਦਾ, ਘਰ ਦੇ ਸਾਰੇ ਪਸ਼ੂ ਤਿਆਰ ਕੀਤੇ ਆ ਆਪ ਜਿਵੇਂ ਦਾਦੀ ਜੀ ਕਹਿੰਦੇ ਸੀ ਆਪਣੇ ਕੋਲ 22-23 ਲੀਟਰ ਵਾਲੀ ਮੱਝਾਂ ਹੁੰਦੀਆਂ ਸਨ, ਉਹ ਬੋਰੀਆਂ ਹੀ ਸਨ, ਬੋਰੀਆਂ ਸਾਰੀਆਂ ਬੋਰੀਆਂ ਹੀ ਸਨ ਤੇ ਇਹ ਘਰ ਦਾ ਹੀ ਰਵਾ ਜੀ, ਘਰ ਦਾ ਰਵਾ। ਤੇ ਇੱਕ ਤੁਹਾਨੂੰ ਇਹ ਦੱਸਾਂ ਜਿਹੜੀਆਂ ਇਹ ਹੈਗੀਆਂ ਇਹ ਮੰਨ ਕੇ ਚੱਲੋ ਜਿਹੜੇ ਲੋਕਲ ਝੋਟਿਆਂ ਦੀਆਂ ਜੀ, ਬੜੇ ਚੰਗੇ ਚੰਗੇ ਇੱਥੋਂ ਘਰ ਮੰਤਰੀ ਦੀਆਂ ਮਹੀਆਂ ਲੈ ਚੁੱਕੇ, ਬਿਲਕੁਲ ਪਸ਼ੂ ਚੰਗੇ ਸੀ ਤੇ ਚਲੋ ਸ਼ਕੀਨ ਬੰਦੇ ਲੈ ਜਾਂਦੇ। ਠੀਕ ਹੈ, ਤੇ ਕਿੰਨੀਆਂ ਮਹੀਆਂ ਸੀ ਤੁਹਾਡੇ ਕੋਲ ਜੀ ਉਦੋਂ? ਮੱਝਾਂ ਆਪਣੇ ਕੋਲੇ ਲਗਭਗ ਪਹਿਲਾਂ ਤੇ 10-12 ਸੀ, ਪਰ ਹੁਣ ਥੋੜਾ ਸਮਾਂ ਤੁਸੀਂ ਲੇਟ ਹੋ ਗਏ 2-3 ਮਹੀਨੇ, ਹਾਂਜੀ, ਕਿਉਂਕਿ ਤੁਹਾਨੂੰ ਪਤਾ ਆਪਾਂ ਸਾਰਾ ਦਿਨ ਫੀਲਡ 'ਚ ਲੰਘ ਜਾਂਦਾ, ਬਿਲਕੁਲ ਉਸ ਕਰਕੇ ਥੋੜਾ ਟਾਈਮ ਨਹੀਂ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਪੰਜਾਬ ਬਾਹਰ ਨਹੀਂ, ਨਹੀਂ ਪੰਜਾਬ ਚ ਹੀ ਨਹੀਂ, ਬਾਹਰ ਬੰਦੇ ਕੋਲ ਇੱਕ ਵਿਕਰਮਵੀਰ ਰਿਆੜ ਹੈਗਾ ਆਪਣੇ ਗੁਰਦਾਸਪੁਰ ਦਾ, ਅੱਛਾ ਜੀ, ਇੱਕ ਉਹ ਲੈ ਗਿਆ ਸੀ, ਉਹ ਮੱਝ ਆਪਣੀ 18ਵੇਂ ਸੂਬੇ ਸੀ ਤੇ ਉਹਦਾ ਥਣ ਹਵਾਨਾ ਬਹੁਤ ਵਧੀਆ ਸੀ, ਦੁੱਧ ਵੀ ਉਹ 18 ਸੇਰੀ ਦਿੰਦੇ, ਉਹਨਾਂ ਨਾਲ ਭਾਗੋ ਸੀ, ਕਾਫੀ ਚੰਗੀ ਮੱਝ ਸੀ, ਹਾਂਜੀ, ਤੇ ਉਹ ਸ਼ੌਕੀਨ ਬੰਦੇ ਨੇ ਵੇਖੀ ਆਪਣੇ ਪੇਜ ਪੂਜ ਤੇ ਪਾਈ ਹੋਈ, 18 ਸੂਏ ਤੇ 18 ਲੀਟਰ ਦੁੱਧ, 18 ਕਿਲੋ ਦੁੱਧ ਦਿੰਦੀ ਸੀ, ਵਾਹ ਜੀ ਵਾਹ, ਉਹਦੀ ਏਜ 22-23 ਸਾਲ ਸੀ। ਤੇ ਇੱਕ ਮੱਝ ਆਪਣੀ ਤੁਹਾਨੂੰ ਪਤਾ ਰਾਣਾ ਜੀ ਲੈ ਗਏ ਗੁਲਾਬੋ, ਰਾਣਾ ਜੀ, ਹਾਂਜੀ, ਇਹਦੀ ਆਪਾਂ 22 ਕਿਲੋ, 21 ਕਿਲੋ ਲਾਈ ਮਿਲਕਿੰਗ ਵੀ ਕਰਾਈ ਸੀ, ਬਲੋਕ ਲੈਵਲ ਦੀ ਮਿਲਕਿੰਗ ਵੀ ਕਰਾਈ ਸੀ, ਅੱਛਾ ਜੀ, ਅੱਛਾ, ਠੀਕ ਹੈ ਜੀ, ਠੀਕ ਹੈ। ਤੇ ਉਦੋਂ ਆਪਾਂ ਮਿਲਕਿੰਗ ਕਰਾਈਆਂ ਸੀ ਜਦੋਂ ਨਵਾਂ ਟ੍ਰੈਂਡ ਜਿਹਾ ਚੱਲਿਆ, ਤੇ ਉਹ ਫਿਰ ਮੱਝ ਤੁਸੀਂ ਗੱਭਣ ਦਿੱਤੀ ਹੈ? ਨਹੀਂ, ਉਹ ਆਪਣੇ ਕੋਲੇ ਸੌਦਾ ਉਹਨਾਂ ਦਾ ਗੱਭਣ ਹੀ ਹੋ ਗਿਆ ਸੀ, ਹਾਂਜੀ, ਤੇ ਉਹ ਉਹਨਾਂ ਦਾ ਇਹ ਹੋਇਆ ਸੀ ਜਿਸ ਦਿਨ ਸੂਪੇ ਉਸ ਦਿਨ ਅਸੀਂ ਲੈ ਜਾਵਾਂਗੇ। ਬੱਚਾ ਕੀ ਦਿੱਤਾ ਜੀ? ਬੱਚਾ ਉਹਨੇ ਮੇਲ ਕਾਵ ਦਿੱਤਾ ਅਜੂਬਾ ਦਾ ਜੀ, ਅੱਛਾ ਅਜੂਬਾ, ਹਾਂ ਮੇਲ ਕਾਵ, ਚੰਗਾ ਹੈ ਬੱਚੇ, ਬੱਚਾ ਚੰਗਾ ਹੈ। ਕੁਦਰਤੀ ਗੱਲ ਹੈ ਵੀ ਜਿਹੜੇ ਸਾਡੇ ਕੋਲੇ ਟੋਟਲੀ ਮੇਲ ਕਾਪ ਆਉਂਦੇ ਰਹੇ, ਅੱਛਾ, ਨੀਲੀ ਦਾ ਇਹ ਆ ਵੀ ਸੈਕਸਲ ਆਉਂਦਾ ਨੀ, ਹਾਂਜੀ ਹਾਂਜੀ, ਨੀਲੀ ਦਾ ਸੈਕਸਲ ਆਉਂਦਾ ਨੀ, ਉਸ ਕਰਕੇ ਅਸੀਂ ਜਿਹੜੇ ਲਾਉਂਦੇ ਰਹੇ ਕੁਦਰਤੀ 40-45 ਕੱਟਾਂ ਹੀ ਵੇਚੀਆਂ।
ਬਾਹੂਬਲੀ ਇਸ ਮੱਝ ਨੂੰ ਲਾਇਆ ਮੋਰਾ ਦਾ ਵੀ ਚਲੋ ਘਰ ਦੀ ਬਲੱਡ ਲਾਈਨ ਬਚ ਬਾਹੂਬਲੀ ਬਾਹੂਬਲੀ ਉਹ ਆਪਣਾ ਪਿੱਛੇ ਕੱਟੀ ਖੜੀ ਹੈ ਬੁਰੀ ਇੱਕ ਅੱਛਾ ਠੀਕ ਹੈ ਤੇ ਫਿਰ ਹੁਣ ਇਸ ਤੋਂ ਬਾਅਦ ਸ਼ਾਇਦ ਏਬੀਸੀ ਵਾਲੇ ਕਹਿੰਦੇ ਆ ਵੀ ਨੀਲੀ ਦੇ ਅਸੀਂ ਸੈਕਸਲ ਬਣਾਵਾਂਗੇ ਪਿਛਲੀ ਬਰੀਡ ਮੰਨ ਕੇ ਚਲੋ ਪਿਛਲਾ ਰਵਾ ਜਿਹੜਾ ਵੇਚ ਲੈਂਦੇ ਬਿਲਕੁਲ ਜੀ ਬਿਲਕੁਲ ਮਾਵਾਂ ਵੇਚਦੀ ਅਗਲੀ ਜਨਰੇਸ਼ਨ ਤਿਆਰ ਹੋ ਗਈ ਇੱਕ ਦੋ ਵੇਚ ਲੈਂਦੇ ਦੋ ਤੋਂ ਢਾਈ ਲੱਖ ਦੀਆਂ ਚੰਗੀਆਂ ਮੱਝਾਂ ਵਿਕ ਜਾਂਦੀਆਂ ਚਾਰ ਪੰਜ ਲੱਖ ਜਿਹਨੇ ਘਰ ਸਾਲ ਦਾ ਆ ਜਾਓ ਨੋਰਮਲ ਘਰਾਂ ਦੇ ਵਿੱਚ ਉਹਦਾ ਗੁਜ਼ਾਰਾ ਸੌਖਾ ਨਿਕਲ ਜਾਂਦਾ ਜਦੋਂ ਮੇਲ ਆਈ ਜਾਣ ਉਹ ਬੜਾ ਸਮੱਸਿਆ ਜਿਹੜੇ ਫਿਰ ਮੇਲ ਫਿਰ ਤੁਸੀਂ ਉਹ ਕਿਵੇਂ ਆਪਣੇ ਬਰੀਡਰ ਭਰਾ ਲੈ ਗਏ ਮੇਲ ਤੁਹਾਨੂੰ ਦੱਸਣਾ ਵੀ ਕੀ ਚੱਕਰ ਹੈ ਵੀ ਇਹ ਆ ਵੀ ਇੱਕ ਦੋ ਬੰਦੇ ਲੈ ਕੇ ਸ਼ਕੀਨ ਜੇ ਨਾ ਕਰੇ ਸਾਹਮਣੇ ਸੀ ਅੱਛਾ ਜੀ ਬਾਕੀ ਆ ਵੀ ਆਪਾਂ ਇਹਦਾ ਕੋਈ ਲਾਲਚ ਤਾਂ ਕਰਦੇ ਨਹੀਂ ਵੀ ਆਂਦੇ ਵੀ ਜੇ ਤੇ ਪੈਸੇ ਮੰਗੀਏ ਤੇ ਫਿਰ ਲੋਕੀ ਜਾਦੇ ਸ਼ਕੀਨੀ ਨਾਲ ਜਾਂਦੇ ਆ ਜਾਂਦੇ ਆ ਫ੍ਰੀ ਦੇਣ ਬਾਕੀ ਫਿਰ ਕੋਈ ਨਹੀਂ ਲੈ ਨਹੀਂ ਲੈ ਬਿਲਕੁਲ ਸਹੀ ਗੱਲ ਤੇ ਉਹ ਆਪਾਂ ਇਦਾਂ ਹੀ ਦੇ ਦਿੱਤੇ ਆ ਐ ਲੈ ਠੀਕ ਤੇ ਵਿਖੇ ਫਿਰ ਮਜ਼ਾ ਜੀ ਹਾਂਜੀ ਆ ਜਾਓ ਤੇ ਆ ਜਾਓ ਇੱਥੇ ਵੀ ਬੈਠ ਜਰੋ ਜੀ ਬਿਲਕੁਲ ਤੇ ਪਹਿਲਾਂ ਨੇੜੇ ਲਿਆਓ ਕੈਮਰਾ ਪਹਿਲਾਂ ਤੁਹਾਨੂੰ ਇਹ ਨਹੀਂ ਨਾੜਾ ਹਾਊਸ ਲੈ ਆ ਦੇਖ ਜਿੱਥੋਂ ਦੁੱਧ ਆਣਾ ਤੇ ਮੈਂ ਹਰ ਵਾਰੀ ਕਹਿਣਾ ਨਾ ਵੇਖੋ ਕਿ ਜਿਹੜੀ ਮੈਂ ਦੁੱਧ ਹੋਊਗਾ ਨਾ ਤੇ ਨਾੜਾਂ ਵੀ ਅਕਸਰ ਆਉਂਦੀਆਂ ਹੀ ਹੋਣੀਆਂ ਮੇਰੀ ਬਾਹ ਮਾ ਜਿਹੜੀਆਂ ਨਾੜਾਂ ਰਸੇ ਬੰਨੇ ਜੀ ਚਲੋ ਡਾਕਟਰ ਇੱਕ ਗੱਲ ਵੇਖਣ ਵਾਲੀ ਆ ਕਿ ਜਿਹੜੀ ਚਲੋ ਤੁਸੀਂ ਬੜਾ ਟਾਈਮ ਹੋ ਗਿਆ ਚਲੋ ਆਪਾਂ ਇੰਨੇ ਹੈ ਨੀ ਜਿਹੜੀ ਮੈਂ ਇਹਦੀ ਨਾੜ ਮੋਟੀ ਹੋ ਜਿਵੇਂ ਕਹਿ ਲੋ ਵੀ ਆਪਾਂ ਤੇ ਸਾਦੇ ਬੰਦੇ ਆ ਜੇ ਕੋਈ ਸ਼ਕੀ ਉਵੇਂ ਹੋਵੇ ਨਾ ਟਾਂਡੇ ਵਰਗੇ ਜਿਵੇਂ ਕਹਿ ਲੋ ਉਹ ਦੁੱਧ ਦੀ ਮਿਹਨਤ ਤੋਂ ਮੈਂ ਆਹਨਾ ਵੀ 23-24 ਲੀਟਰ ਕਢਾ ਸਕਦਾ ਸਹੀ ਗੱਲ ਹੈ ਜੀ ਠੀਕ ਹੈ ਜੀ ਗੁਣ ਦੇ ਹਾਂ ਹਾਂ ਹੈ ਗਿਆ ਜੀ ਨਹੀਂ ਪਰ ਇੰਨਾ ਟਾਈਮ ਹੋ ਗਿਆ ਅਕਸਰ ਪਰ ਇੰਨਾ ਟਾਈਮ ਨਹੀਂ ਆਪਾਂ ਦੇ ਸਕਦੇ ਜਿਹੜੀ ਬੁਰੀਆਂ ਮੱਝਾਂ ਉਹ ਕੁਛ ਹੀ ਪਰਸੈਂਟ ਆ ਦੁੱਧ ਕਿੰਨਾ ਜੀ ਇਸ ਮੈਂ ਜਿਹੜੀ ਹੁਣ ਇਹ ਆਪਣਾ ਸੰਦੀਪ ਜੀ 17 ਲੀਟਰ ਤੇ ਚੱਲ ਰਹੀ ਪ੍ਰੋਪਰ 17 ਸੰਦੀਪ ਜੀ ਜਿਹੜੀ ਮੱਝ 16 ਕਿਲੋ ਦੁੱਧ ਦਿੰਦੀ ਹੈ ਨਾ ਉਹ ਪੈਸੇ ਤੁਹਾਨੂੰ ਵਧੀਆ ਬਚਾਉਂਦੀ ਹੈ ਜੇ ਕਰਾਉਂਦਾ ਪੀਕ ਜਿਹੜਾ ਗੱਭਣ ਹੋਣ ਤੋਂ 6-7 ਮਹੀਨੇ ਤੱਕ ਉਹ ਦੁੱਧ ਦਿੰਦੀ ਹੈ ਤਾਂ ਠੀਕ ਹੈ 6-7 ਮਹੀਨੇ ਤੱਕ ਉਹ 8 ਕਿਲੋ ਤੇ ਡਰਾਈ ਹੁੰਦੀ ਨਾ ਉਹ ਤੁਹਾਨੂੰ ਦੋ ਪੈਸੇ ਵਧੀਆ ਬਚਾਉਂਦੀ ਹੈ ਹਾਂਜੀ ਹਾਂਜੀ ਚਾਰ ਮਹੀਨੇ ਹੋ ਗਏ ਇਹਨੂੰ ਸੂਈ ਨੂੰ ਤੇ 17 ਕਿਲੋ ਦੁੱਧ ਇਸ ਟਾਈਮ ਤਿਆਰ ਆ ਹੁਣ ਤੁਸੀਂ ਆਪ ਸਾਹ ਲਾ ਲੋ ਕਿ ਸੱਜਰ ਦੁੱਧ ਨੇ ਕਿੰਨਾ ਕਿਹਾ ਡਾਕਟਰ ਸਾਹਿਬ ਖੋਲੀ ਮਾੜਾ ਇਹਨੂੰ ਤੁਹਾਨੂੰ ਖੋਲ ਕੇ ਬਹਾਨੇ ਆ ਤੇ ਤੁਸੀਂ ਲੇਵਾ ਵੇਖੋ ਮੈਂ ਇਹਦਾ ਡਾਕਟਰ ਸਾਹਿਬ ਜਦੋਂ ਇਹ ਮਤਲਬ ਤਿਆਰ ਹੁੰਦੀ ਹੋਊਗੀ ਪੂਰੇ ਟਾਈਮ ਤੇ ਉਦੋਂ ਫਿਰ ਇਹਦੇ ਕੋਲ ਬੈਠਣ ਹੀ ਜਾਂਦਾ ਹੋਣਾ ਜੀ ਬਿਲਕੁਲ ਅੱਛਾ ਠੀਕ ਆ ਹਾਂਜੀ ਆਹ ਤੁਹਾਨੂੰ ਪਤਾ ਤੋੜ ਲਿਆ ਜੀ ਫਿਰ ਇਹਨੇ ਆਪ ਹੀ ਇਹ ਜਿਹੜੇ 21 ਦਿਨ ਆਪਾਂ ਨੂੰ ਪਤਾ ਨਹੀਂ ਹੀਟ ਚ ਆ ਜਾਂਦਾ 21 ਦਿਨ ਲੰਘੇ ਆ ਜੀ ਤੇ ਅੱਗੇ ਅਗਲੇ 21 ਦਿਨ ਲੰਘੇ ਤੇ ਆਪਾਂ 50% ਕੰਸੀਵ ਮੰਨ ਸਕਦੇ ਹਾਂ ਬਿਲਕੁਲ ਪਰ ਸਾਨੂੰ ਇਹਦਾ ਮਾਣ ਹੈ ਵੀ ਇੱਕੋ ਸਟਰਾ ਤੇ ਕੰਸੀਵ ਕਰ ਜਾਂਦੀ ਹੈ ਠੀਕ ਹੈ ਹਾਂਜੀ
अगली बाडी वेखो असील शरीफ जमा जिदा मर्जी मूह फड़ी फिर कोई मसला नहीं ठीक है जी कुदरती मेल दूजी कटी के अच्छा कटी दूजी डायमंड रंग घट आजूबे नहीं जी बाहुबली मोहरा मोहरा रिजल्ट बहुत सोहना हां रिजल्ट तो चंगा है तीजी जनरेशन होगी अपना ये पता लग जाएगा भी कितना दूध आप अप कर लिया जी मां थी वो अपनी मां तो दो तो तीन किलो अप किया उन्हें पहले सूबे अच्छा ये तो मान के चलो मां जो 12 किलो लीटर वाली थी ये मां ने 16 किलो दिता हूं ये है भी जे पहले सूबे 18 तो 20 सिर देवे फिर आप अपनी ब्रीडिंग सक्सेस जर्सी जी दी मां जो प्योर जर्सी नहीं हां क्रॉसिंग तो अगे आप करते हैं फिर देखा जो बड़ा अपना बच्चा अरे किया जी ने इस तो जोड़ा के बच्चा वो आप शायद कह रहे रिंग तक चल सको तो इन सक्सी मन लाया सक्सल ही चेक लाया अच्छा। मक्की होगी कनक होगी ठीक है जी ਜਿਵੇਂ ਕਹੋ ਜੌਂ ਵਗੈਰਾ ਪਾ ਲੈਣਾ ਗਰਮੀ ਚ ਹਾਂਜੀ ਸਰੋਂ ਦੀ ਖਲ ਠੀਕ ਵਡੇਵੇਂ ਹੋ ਗਏ ਹਾਂਜੀ ਚੋਕਰ ਹੋ ਗਿਆ ਠੀਕ ਹੈ ਤੇ ਛੋਲਿਆਂ ਦਾ ਛਿਲਕਾ ਹੋ ਗਿਆ ਠੀਕ ਹੈ ਤੇ ਕਦੀ ਆਪਣਾ ਮੂੰਗੀ ਚੂਰੀ ਵਗੈਰਾ ਵੀ ਪਾ ਲੈਣੇ ਆ ਅੱਛਾ ਤੇ ਜਾਂ ਆਪਣਾ ਮੂੰਗੀ ਮੋਟ ਵਗੈਰਾ ਮਿਲ ਜਾਣਾ ਉਹ ਵੀ ਬਸ ਦਾਣਾ ਪਾਣੇ ਆ ਤੇ ਸਰਦੀ ਚ ਥੋੜਾ ਜਿਹਾ ਬਦਲ ਲੈਣੇ ਆ ਹਾਂਜੀ ਗਰਮੀ ਚ ਬਦਲਾ ਕਰਦੇ ਕੋਈ ਵਡੇਵੇਂ ਖਾਲੀ ਪਾਉਂਦੇ ਨਹੀਂ ਵਡੇਵੇਂ ਦੀ ਖਾਲ ਨਹੀਂ ਪਾਉਂਦੇ ਇਹ ਅਸੀਂ ਇਹ ਕੋਸ਼ਿਸ਼ ਕਰਦੇ ਵੀ ਡਾਇਰੈਕਟ ਸੌਦਾ ਲੈ ਕੇ ਵਿੱਚ ਵਡੇਵੇਂ ਪਾ ਲਓ ਅੱਛਾ ਠੀਕ ਆ सोलह किलो मन पक्का सर्दी च
ਸਾਡਾ ਸੰਦੀਪ ਜੀ ਮੰਨਣਾ ਇਹੀ ਆ ਵੀ ਇਹਨਾਂ ਕੋ ਵੱਡਾ ਖਾ ਕੇ ਪੰਛੀ ਸਫੀਸ਼ੀਐਂਟ ਰਹਿੰਦਾ ਹਾਂਜੀ ਹਾਂ ਬਿਲਕੁਲ ਨਾ ਉਹਦਾ ਪੀਐਚ ਵਿਗੜੇ ਨਾ ਕੋਈ ਹੋਰ ਡਿਸਟਰਬੈਂਸ ਹੋ ਹਾਂਜੀ ਹਾਂਜੀ ਦੋ ਪੈਸੇ ਹੀ ਬਚ ਜਾਂਦੇ 16 ਰੁਪਏ ਦੇ ਹਾਂਜੀ ਤੇ ਡਾਕਟਰ ਸਾਹਿਬ ਇਹਨੂੰ ਸੱਪੜ ਸੁੱਪੜ ਨਹੀਂ ਲੈ ਕੇ ਜਾਂਦੇ ਜਿਵੇਂ ਪੱਕਿਆ ਦੇ ਸੁੱਪੜ ਦਾ ਧੰਨਵਾਦ ਪਿੰਡਾਂ ਚੋਂ ਖਤਮ ਹੀ ਹੋ ਗਏ ਕਈ ਪਿੰਡਾਂ ਦੇ ਹੈਗੇ ਹੀ ਹੈਗੇ ਹਾਂਜੀ ਉਹ ਬਹੁਤ ਵਧੀਆ ਚੀਜ਼ ਹੈ ਹਾਂਜੀ ਚਰਾਂਦਾ ਮਿਲ ਜਾਂਦਾ ਚਰਾਂਦਾ ਮਿਲ ਜਾਂਦਾ ਜੀ ਸੱਪੜ ਮਿਲ ਜਾਂਦਾ ਜੀ ਮੇਰੇ ਸਾਹ ਨਾਲ ਇਹ ਮੱਝ ਜਿਹਨੂੰ ਕੋਈ ਉਹ ਜਿਹਾ ਖੁੱਲ੍ਹਾ ਇਲਾਕਾ ਮੈਂ ਨਾ ਦੋ ਦਿਨ ਕੋਲੋਂ ਤੋਂ ਹੋਰ ਫਰਕ ਪੈ ਜਿਵੇਂ ਦਲਸ਼ੇਰ ਸਰਪੰਚ ਨੇ ਬਣਾਇਆ ਜੀ ਗਾਲ ਬੜਾ ਵਧੀਆ ਹਾਂ ਹਾਂ ਬਿਲਕੁਲ ਹੈ ਜੀ ਬੜਾ ਵਧੀਆ ਸੱਚ ਮੱਝ ਉਹ ਬੰਦਾ ਖੇਤਾ ਖੁੱਤਾ ਜੀ ਮੈਂ ਗੁਰਦਾਸਪੁਰ ਇਲਾਕੇ ਹੈਗੇ ਜੀ ਕਈ ਹੈਗੇ ਬੜੇ ਵਧੀਆ ਜਿਹੜੇ ਜਿਹੜਾ ਵਾਟਰ ਸਾਈਡ ਤੇ ਰਹਿ ਗਿਆ ਜਿਹਦੇ ਸਾਈਡ ਤੇ ਬਣਾਏ ਛੱਪੜ ਲੋਕ ਲੈ ਕੇ ਜਾਂਦੇ ਆ ਚਲੋ ਹੁਣ ਤਾਂ ਇੰਨਾ ਹੁੰਦਾ ਬੜੀ ਖੁਸ਼ ਰਹਿੰਦਾ ਆਪਣੀ ਮਰਜ਼ੀ ਹੈ ਨਾ ਪਾਣੀ ਪੀ ਲਿਆ ਬਿਲਕੁਲ ਨਾ ਲਿਆ ਕਰਕੇ ਮੇਰੀ ਮੂੰਹ ਮਾਰ ਲਿਆ ਹੋਰ ਸੁਣਾਓ ਜੀ ਬਸ ਜੀ ਬਸ ਚਲੋ ਬਾਕੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਬਿਲਕੁਲ ਤੁਸੀਂ ਯਾਰ ਨੰਬਰ ਹਾਂਜੀ ਹਾਂਜੀ ਕਰੀ ਐਡਰੈਸ ਦੱਸ ਦਿਓ ਨੰਬਰ ਵੀ ਜੀ 9962509513 ਜੀ 9962509513 ਜੀ ਮਨਜੀਤ ਸਿੰਘ ਪਵਾਰ ਨਾਂ ਜੀ ਮੇਰਾ ਜਲਾਲਾਬਾਦ ਜਲਾਲਾਬਾਦ ਜੀ ਸਮਝੋ ਜੀ ਤੇ ਡਾਕਟਰ ਸਾਹਿਬ ਤੁਹਾਨੂੰ ਪਹਿਲਾਂ ਕਹਿ ਚੁੱਕੇ ਸਿਮਣ ਵੀ ਮੈਨੂੰ ਮਿਲੂਗਾ ਤੇ ਜਿਹੜਾ ਮਰਜ਼ੀ ਲਓ ਨਾਲ ਦੀ ਲੋ ਟੈਂਕ ਲੋ ਜਿਹੜਾ ਮਰਜ਼ੀ ਲੱਗਣੇ ਜੀ ਹਰ ਇੱਕ ਜ਼ਿਆਦਾ ਸ਼ਨੀਰ ਜੀ ਜ਼ਿਆਦਾ ਸ਼ਨੀਰ ਹੁੰਦੇ ਅਵੇਲੇਬਲ ਹਾਂਜੀ ਹਾਂ ਬਿਲਕੁਲ ਬਿਲਕੁਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਕਮੈਂਟ ਮੇਰਾ ਵੀ ਸੁਣੇ ਕਰਿਆ ਜੀ ਫਰ ਬੜਾ ਬੜੀ ਮਿਹਨਤ ਲੱਗਦੀ ਆ ਕਹਿੰਦੇ ਹਾਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ